ਕਿਵੇਂ ਕੂਰ ਫਿਰ? ਮੈਂ ਤਾਂ ਵਧੀਆ। ਆ ਡੱਬਾ ਖੋਲਦੇ ਯਾਰ, ਖੁੱਲਦਾ ਨਹੀਂ ਪਿਆ, ਪਤਾ ਨਹੀਂ ਸਾਰਿਆਂ ਚ ਬਹੁਤ ਖਿੱਚਦੇ ਖਿੱਚਦੇ। ਨਹੀਂ ਡਰਿਆ ਆਪਾਂ ਨਹੀਂ ਡਰਦੇ, ਆਪਾਂ ਨਹੀਂ ਡਰਦੇ ਭਾਈ, ਡਰ ਗਏ ਥੋੜਾ ਜਿਹਾ। ਡਰ ਨਾ ਲਾ ਨਾ ਲਾ, ਹੋਰ ਕਿਸੇ ਨਾਲ ਕਰਦੇ ਆ, ਹੋਰ ਕਿਸੇ ਨਾਲ ਰੱਖਦੇ, ਹੋਰ ਕਿਸੇ ਨਾਲ ਕਰਾਂਗੇ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਵੈਲਕਮ ਬੈਕ ਟੂ ਨਿਊ ਵਲੌਗ। ਅਤੇ ਤੁਸੀਂ ਵੇਖੇ ਹੋਣੇ ਆ ਥੋੜ੍ਹੇ ਜਿਹੇ ਡਰੋਨ ਸ਼ਾਟ, ਉੱਪਰੋਂ ਥੱਲਿਓਂ ਅਸੀਂ ਲਏ ਸੀਗੇ। ਅਤੇ ਬਾਕੀ ਹੈਰਾਨੀ ਵਾਲੀ ਗੱਲ ਆ ਬਈ, ਮੀਂਹ ਪੈਣ ਡਿਆ, ਪਤਾ ਨਹੀਂ ਅਚਾਨਕ ਹੀ ਆ ਗਿਆ। ਚੈੱਕ ਕਰ ਸਕਦੇ ਹਾਂ ਬਾਥਰੂਮ, ਢੱਕੀ ਹੋਈ ਆਪਾਂ ਰੱਬੋਂ ਹੀ ਢੱਕੀ ਹੋਈ ਹੈ ਨਾ, ਲੋਕ ਮੀਂਹ ਪਈ ਜਾਂਦਾ। ਔਰ ਉਸਕੋ ਚੁੱਪ ਸਿੱਟ ਹੋ ਜਾ, ਖੇਡਣੀ ਕੰਪਿਊਟਰ ਤੇ। ਰੋਕ, ਏਦਾਂ ਥੋੜੀ ਹੋਣਾ ਵਾ, ਤਾਰਾਂ ਹੀ ਨੀ ਲਾਈਆਂ, ਤਾਰਾਂ ਹੀ ਨੀ ਲਾਈਆਂ। ਕਿਵੇਂ ਆ? ਚਲੋ ਆਪਾਂ ਪਹੁੰਚ ਗਏ ਆ ਬਈ। ਕਿਵੇਂ ਆ ਫਿਰ? ਰੁਕ ਜਾ, ਇਹ ਫੜੀ ਰੱਖੀ, ਚੰਗਾ ਫੜੀ ਰੱਖੀ, ਬਹਾਜ ਨਾ ਕੁਛ ਕਰਨਾ। ਤੇ ਇੱਥੇ ਆਪਾਂ ਆਏ ਆ ਬਈ ਜਾਮਨੂ ਵਾਲੀ ਮੋਟਰ ਤੇ, ਤੇ ਇੱਥੋਂ ਛਾਪੇ ਲਾਉਣੇ ਪਏ ਆ ਟਾਹਲੀਆਂ ਦੇ ਬਹੁਤ। ਦੇਖੋ ਮਤਲਬ ਹੁਣ ਤੁਹਾਨੂੰ ਪਤਾ ਵੈਸੇ ਵੀ ਠੰਡ ਦਾ ਮੌਸਮ ਆ ਗਿਆ, ਤੇ ਇਸ ਕਰਕੇ ਛਾਪੇ ਲਾਈ ਜਾਂਦੇ, ਟਰਾਲੀ ਤੇ ਲੱਦੀ ਜਾਂਦੇ ਆ। ਦੇਖ ਲਓ ਪਰੇ ਹੋ ਜਾ, ਇੱਧਰ ਸਿਰ 'ਚ ਵੱਜਣਾ ਹੀ ਪਰੇ ਹੋ। ਦੇਖੋ ਕਿੰਨੀ ਉਚਾਈ ਤੇ ਚੜਿਆ ਹੋਇਆ ਇੱਥੋਂ, ਦੇਖਦਾ ਡਰ ਲੱਗਦਾ ਕਿ ਨਹੀਂ? ਡਰ ਲੱਗਦਾ ਉਹਨੂੰ, ਇੰਨੀ ਉੱਚੀ ਚੜਾਇਆ ਵੇ। ਟਾਹਲੀ ਡੈਡੀ ਵੇਖ ਕਿਵੇਂ ਗਈ ਹੈ, ਜਿਵੇਂ ਹਨੇਰੀ ਆਈ ਹੁੰਦੀ ਉਹਨੂੰ ਹੀ ਮੂੰਹ ਹੋ ਗਿਆ ਇੱਕ ਬੰਨੇ ਨੂੰ ਹੀ, ਜਿਵੇਂ ਹਨੇਰੀ ਨਾ ਹੋਈ ਹੁੰਦੀ ਇਹਨੂੰ। ਲਾਪਰੀ ਹੁਣੀ ਗਏ ਆ ਘਰੇ ਹੁਣ, ਕਿਉਂਕਿ ਇੱਕ ਆਇਆ ਵਾ ਪਾਰਸਲ, ਆਪਣਾ ਪ੍ਰੋਟੀਨ ਆਰਡਰ ਕੀਤਾ ਸੀ ਉਹ ਲੈਣ ਗਏ ਆ। ਜਿਮ ਜਾਈਦਾ ਹੁਣ ਤੁਹਾਨੂੰ ਪਤਾ ਹੀ ਆ, ਇਹ ਰੋਟੀ ਆਈ ਆ, ਇਹ ਬਸ ਲਕੋ ਰੱਖ ਰੋਟੀ ਆ ਆਪਾਂ ਦੇ ਉਹਦੇ ਕੋਲ ਖਿਲਾਵਾਂਗੇ, ਉਹਦੇ ਕੋਲ ਖਿਲਾਵਾਂਗੇ। ਚਲੋ ਬਈ ਇੱਥੇ ਖਾਣ ਲੱਗੇ ਹੁਣ ਨਿਆਰੇ ਨਾਲ ਰੋਟੀ ਹੈ ਨਾ ਬਈ, ਪਕੌੜੇ ਬਣਾ ਲੈਂਦੇ ਆਪਾਂ ਕੋਈ ਨੀ। ਹੈਂ ਨਜ਼ਾਰੇ ਕਿੰਨੇ ਕਹਾਉਣਗੇ,
ਨਜ਼ਾਰੇ ਬੜੇ ਆਉਣੇ ਹੁਣ ਲੂਣ ਵਾਲੀ ਆ ਨਹੀਂ ਮੈਂ ਫਿਰ ਓਦਾਂ ਹੀ ਵਿੱਚ ਲਾ ਰੋਕ ਜਾ ਹੁਣ ਤੇਰੀ ਮੰਮੀ ਨਾਲ ਵੀ ਕਰਨਾ ਵਾ ਖੜ ਲੂਣ ਵਾਲੀ ਆ ਦੋ ਟਾਲੀ ਰਹਿ ਗਿਆ ਹਨਾ ਮੈਂ ਜਿੱਤ ਗਿਆ ਨਹੀਂ ਮੈਂ ਫਿਰ ਓਦਾਂ ਹੀ ਵਿੱਚ ਲਾ ਰੋਕ ਜਾ ਹੁਣ ਤੇਰੀ ਮੰਮੀ ਨਾਲ ਵੀ ਕਰਨਾ ਵਾ ਖੜ ਡੱਬਾ ਚੱਕ ਕੇ ਮਾਰ ਚਲੋ ਇੱਕ ਵਾਰੀ ਝਟਕਾ ਹੀ ਵੱਜਦਾ ਝਟਕਾ ਹੀ ਵੱਜਦਾ ਵਾ ਹੋਰ ਕੋਈ ਬੰਦਾ ਹੈਗਾ ਦੱਸ ਦੀ ਚਲੋ 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 ਹੁਣ ਦੇਖ ਲੋ ਕੀ ਕਰਦੇ ਪਏ ਅਸੀਂ ਦੱਸ ਬਈ ਕੀ ਕਰਦੇ ਆਪਾਂ ਅਸੀਂ ਪੇੜਾਂ ਦੀ ਟਾਹਣੀਆਂ ਨੂੰ ਇੱਥੇ ਟਰਾਲੀ 'ਚ ਰੱਖਦੇ ਪਏ ਆ ਹਾਂ ਪੇੜ ਦੀਆਂ ਟਾਹਣੀਆਂ ਨੂੰ ਟਰਾਲੀ 'ਚ ਰੱਖਦੇ ਪਏ ਟਰਾਲੀ 'ਚ ਨੱਪੀ ਜਾਂਦੇ ਹਾਂ ਤਾਂ ਕਿ ਪ੍ਰੈਸ ਹੋਈ ਜਾਵੇ ਅਤੇ ਜ਼ਿਆਦਾ ਬਾਲਣ ਲੱਗਿਆ ਜਾਵੇ ਟਰਾਲੀ 'ਚ ਅਤੇ ਇਹ ਤਾਂ ਹੂਟੇ ਲੈਣ ਡਿਆ ਇੱਦਾਂ ਸ਼ੌਕਰ ਵਾਂਗੂ ਨਾ ਹੂਟੇ ਆਉਣ ਡਿਆ ਜੀ ਹੈਨਾ ਚਲੋ ਹੁਣ ਇੱਕ ਇੱਕ ਕਰਕੇ ਥੱਲੇ ਪੈਰ ਰੱਖ ਰੱਖ ਨੱਪੀ ਚੱਲ ਬੂਟੇ ਆਉਂਦੇ ਆ ਮੈਂ ਦੋਸਤੋ ਆ ਵੀਡੀਓ ਜ਼ਰੂਰ ਦੇਖਿਓ ਜੋ ਵੀ ਆ ਮੇਰੇ ਦੋਸਤੋ ਮੇਰੇ ਕਲਾਸ ਚ ਪੜ੍ਹਦੇ ਹੋ ਜ਼ਰੂਰ ਦੇਖਿਓ ਓ ਆਪਾਂ ਪ੍ਰੈਂਕ ਵਾਲਾ ਉੱਥੇ ਰੱਖਿਆ ਸੀ ਅੱਛਾ ਉਹ ਕੋਈ ਨਹੀਂ ਆਪਾਂ ਸੱਪ ਵਾਲਾ ਚੱਕ ਲਾਂਗੇ ਓਏ ਬੱਚੇ ਆਵੇ ਓਏ ਕਿੱਥੇ ਆਵੇ ਆਵੇ ਤੇਰੇ ਨਾਲ ਆਵੇ ਓ ਡਿੱਗ ਗਿਆ ਡਰ ਗਿਆ ਕੰਮ ਲੱਗੇ ਹੋਏ ਸੀਗੇ ਤੇ ਹੁਣ ਬਸ ਕੰਮ ਕੰਪਲੀਟ ਥੋੜਾ ਜਿਹਾ ਹੀ ਰਹਿ ਗਿਆ ਤੇ ਹੁਣ ਆਹ ਥੋੜਾ ਜਿਹਾ ਲੈ ਕੇ ਆਇਆ ਖਾਣ ਪੀਣ ਨੂੰ ਕੀ ਲਿਆ ਵਾ ਉਹ ਯਾਰ ਸਿੜਤਾ ਪਾਗਲ ਵਾ ਉਹਨੂੰ ਸਿੜਤਾ ਹੀ ਚੱਲਣੀ ਕਿਹੜਾ ਹੁਣੇ ਆ ਹਲੇ ਹੋਰ ਲੱਦਣੇ ਆ ਮੈਨੂੰ ਵੀ ਦੇ ਦੀ ਨੀਂਦ ਸਾਰੀ ਨਾ ਪੀ ਗੁਛਾ ਨੇ ਆ ਦੇ ਕੇ ਖੋਲ ਯਾਰ ਆ ਜਾ ਕੋ ਕੱਚਾ ਖੋਲਣਾ ਤੇਰੇ ਮੰਮਾ ਉਹ ਗਈ ਤੈਨੂੰ ਲੈ ਕੇ ਨਹੀਂ ਗਏ
ਪਤਾ ਲੱਗ ਗਿਆ ਹੁਣ ਸਾਫ ਲੱਗਿਆ ਗਾੜ ਗੂੜ ਸਾਫ ਕਰਦੇ ਪਏ ਫੋਨ ਦਾ ਕੈਮਰਾ ਬਚਾਓ ਕੈਮਰਾ ਬਚਾਓ ਸਾਰਾ ਕੁਝ ਬਚਾਓ ਪਤਾ ਨਹੀਂ ਉਹ ਕੀ ਕਹਿੰਦਾ ਹੁੰਦਾ ਮੈਨੂੰ ਬਚਾਇਓ ਕੈਮਰਾ ਬਚਾਇਓ ਉਹ ਮੱਝ ਜੀ ਨਹੀਂ ਭਾਈ ਦੀ ਹੁੰਦੀ ਕੈਮਰਾ ਬਚਾਓ ਮੈਨੂੰ ਬਚਾਓ ਇੱਥੇ ਆ ਲਿਆ ਯਾਰ ਹੋਲ ਡੱਬਾ ਉੱਥੇ ਹੀ ਬਚੀ ਜਾਂ ਤਿੰਨ ਪੀਸ ਬਚੇ ਆ ਦੇ ਦੇਈਏ ਆ ਯਾਰ ਟਮਾਟਰ ਖਾਣ ਦੇ ਆ ਟਮਾਟਰ ਖਾ ਲਾ ਖੋਲ ਲੈਣਗੇ ਦੇ ਦੇ ਯਾਰ ਖੋਲ ਖੋਲ ਕੀ ਆ ਹੈ ਟੁੱਟ ਗਿਆ ਨਹੀਂ ਗੁਰੂ ਆ ਇਹ ਕੀ ਬਣਿਆ ਵਧੀਆ ਲੱਗਾ ਦੇਖੋ ਇਹ ਸਹੀ ਕੀਤੀ ਸੀ ਕੱਲ ਲਾਈਟ ਸੋਲਰ ਵਾਲੀ ਜਗਦੀ ਨੀ ਘੱਟਾ ਪਿਆ ਹੋਇਆ ਸੀ ਉੱਪਰ ਤੇ ਅੱਜ ਜਗ ਗਈ ਦੇਖੋ ਚਾਨਣ ਵੀ ਹੋ ਗਿਆ ਕਿਵੇਂ ਹਾਂ ਹਾਂ ਲਗਾਤਾਰ ਜਗੂ ਯਾਰ ਨਹੀਂ ਬੁਝੂਗੀ ਤਾਂ ਹੈ ਪਰ ਹੁਣ ਜਿੱਦਾਂ ਕੋਈ ਲੰਘਿਆ ਉਦੋਂ ਜਗਣੀ ਹੁਣ ਮਤਲਬ ਇੰਨਾ ਖਰਾਬ ਨਹੀਂ ਹੁੰਦੀ ਅੱਜ ਪਤਾ ਨਹੀਂ ਵਲੌਗ ਸਟਾਰਟ ਨਹੀਂ ਕੀਤਾ ਤੇ ਗੁੱਡ ਆਫਟਰਨੂਨ ਸਾਰਿਆਂ ਨੂੰ ਤੇ ਆਹ ਦੇਖੋ ਕੱਲ੍ਹ ਅਸੀਂ ਲਈ ਆਉਣੇ ਸੀ ਗਿਆ ਪਿੱਛੇ ਟਾਹਲੀਆਂ ਦੇ ਛਾਪੇ ਵੱਡੇ ਸੀਗੇ ਤੇ ਟਰਾਲੀ ਤੇ ਲੱਦ ਲੁੱਦ ਕੇ ਲਿਆਂਦੇ ਘਰੇ ਤੁਹਾਨੂੰ ਪਤਾ ਹੀ ਆ ਤੇ ਅੱਜ ਮੰਮੀ ਹੁਣੀ ਬਣਾਉਂਦੇ ਪਏ ਆ ਬਈ ਰੱਜੀ ਦੀਆਂ ਜਰਾਬਾਂ ਆਉਂਦੇ ਪਏ ਤੁਹਾਨੂੰ ਦਿਖਾਉਣਾ ਆਹ ਦੇਖੋ ਬਈ ਆਹ ਜਰਾਬ ਬਣਦੀ ਪਈ ਆ ਦੇਖੋ ਰੱਜੀ ਦੀ ਜਰਾਬ ਪਤਾ ਨਹੀਂ ਕਿਹੜੇ ਹਿਸਾਬ ਨਾਲ ਉੱਨ ਦੀ ਜਰਾਬ ਦੇਖੋ ਦਿਮਾਗ ਲਾਉਣ ਲੱਗੇ ਵੇਖਦੇ ਇਹਨਾਂ ਦਾ ਦਿਮਾਗ ਚੱਲਦਾ ਕਿ ਨਹੀਂ ਬਾਕੀ ਨਾ ਇਹਨਾਂ ਪਤਾ ਕੀ ਸਕੀਮ ਲਾਈ ਡੈਡੀ ਉਹਨਾਂ ਨੇ ਧੱਕ ਦਿਉ ਇਹਨਾਂ ਇਹ ਸਕੀਮ ਲਾਈ ਵੀ ਉਹ ਜਿਹੜਾ ਹੈਗਾ ਨਾ ਬਾਲਣ ਥੱਲੇ ਵਾਲੀ ਲੱਕੜ ਤੇ ਪਾ ਤੀ ਇਹਨਾਂ ਨੇ ਥੱਲੇ ਵਾਲੀ ਲੱਕੜ ਤੇ ਰੱਸੀ ਪਾ ਤੀ ਇੱਥੇ ਇਹਨੂੰ ਖਿੱਚ ਲੈਣਾ ਉਹਦੇ ਨਾਲ ਬੰਨਤਾ ਵਾ ਤੇ ਟਰੈਕਟਰ ਨੂੰ ਗਾਂਹ ਖਿੱਚ ਲੈਣਾ ਤੇ ਇਹਦੇ ਸਹਾਰੇ ਕਿਉਂਕਿ ਦੱਬੀ ਹੋਈ ਨਾ ਲੱਕੜ ਇਹਦੇ ਸਹਾਰੇ ਸ਼ਾਇਦ ਸਾਰੀਆਂ ਲੱਕੜਾਂ ਹੀ ਥੱਲੇ ਆ ਜਾਣਾ ਇਹਨਾਂ ਉੱਦਾਂ ਇੱਕ ਇੱਕ ਕਰਕੇ ਲਾਉਣੀ ਪੈਣੀ ਵੇਖਦੇ ਹਾਂ ਦਿਮਾਗ ਕੰਮ ਕਰਦਾ ਕਿ ਨਹੀਂ ਚੱਲ ਚੱਲ ਲੈ ਜਾ ਲੈ ਜਾ ਲੈ ਜਾ ਲੈ ਜਾ ਹਾਂ ਲੈ ਹਾਂ ਇੱਥੇ ਹੀ ਲਾਉਣਾ ਸੀ ਹੈਂ ਇੱਥੇ ਹੀ ਲਾਉਣਾ ਸੀ ਨਾ ਪਰਫੈਕਟ ਦਿਮਾਗ ਇਹ ਕਿਹਨੇ ਕਿਹਾ ਸੀ ਇਹ ਆਹ ਤਾਂ ਸਕੀਮ ਲਾਈ ਗੁਰੂਓ ਬੜੀ ਘੈਂਟ ਇੱਕ ਇੱਕ ਛਾਪਾ ਲਾਉਣ ਦਾ ਤਾਂ ਬਹੁਤ ਟਾਈਮ ਲੱਗਣਾ ਸੀ ਆਹ ਤਾਂ ਬੜਾ ਵਧੀਆ ਕੰਮ ਹੋਇਆ ਡੈਡੀ ਇਹ ਤਾਂ ਇੱਕ ਇੱਕ ਛਾਪਾ ਲਾਉਣ 'ਤੇ ਬੜਾ ਟਾਈਮ ਲੱਗਣਾ ਸੀ ਇਹ ਤਾਂ ਸਕੀਮ ਕਿਹਨੇ ਲਾਈ ਆਹ ਤਾਂ ਟਰਾਲੀ ਖਾਲੀ ਹੋ ਗਈ ਇਹ ਕਿਹਨੇ ਕਿਹਾ ਅੱਛਾ ਚਲੋ ਵਧੀਆ ਐਡੀਟਿੰਗ ਕਰਦਾ ਪਿਆ ਸੋਚਿਆ ਵੀਡੀਓ ਪਾ ਹੀ ਦਈਏ ਹੈ ਨਾ ਪਈ ਹੋਈ ਆ ਅਤੇ ਜੇ ਥੋੜ੍ਹਾ ਨੇਰਾ ਹੋ ਜੂਗਾ ਤਾਂ ਐਡਜਸਟ ਕਰ ਲਿਓ ਜੇ ਤੁਹਾਨੂੰ ਵਧੀਆ ਲੱਗਾ ਵਲੌਗ ਲਾਈਕ ਵੀ ਕਰ ਦਿਓ ਸਬਸਕ੍ਰਾਈਬ ਵੀ ਕਰ ਦਿਓ ਚੈਨਲ ਨੂੰ ਮਿਲਾਂਗੇ ਅਗਲੇ ਘੈਂਟ ਜਿਹੇ ਵਲੌਗ ਦੇ ਨਾਲ ਬਾਏ